ਜੋ ਹਾਲਾਤ ਤੁਸੀਂ ਦੇਖ ਰਹੇ ਹੋ, ਮੈਂ ਅੱਜ ਹੁਣ ਹੈਰੀਟੇਜ ਸਟਰੀਟ ਤੇ ਖੜਾ ਜੀ। ਆਹ ਜਿਹੜੀਆਂ ਸਕਰੀਨਾਂ ਲਾਈਆਂ, ਇੱਥੇ ਗੁਰਬਾਣੀ ਚੱਲਦੀ ਹੁੰਦੀ ਸੀ ਜੀ, ਜਿੱਥੇ ਭਗਵੰਤ ਬੇਈਮਾਨ ਨੇ ਆਪਣੀਆਂ ਫੋਟੋਆਂ ਲਾਈਆਂ, ਆਪਣੀ ਟੇਪ ਸਕਰੀਨ ਚਲਾ ਰਿਹਾ ਜੀ। ਲੋਕ ਇੱਥੇ ਦਰਬਾਰ ਸਾਹਿਬ ਕੀਰਤਨ ਸੁਣਨ ਵਾਸਤੇ ਸ਼ਰਧਾ ਨਾਲ ਆਉਂਦੇ ਸੀ ਜੀ। ਆਹ ਸੋਚਦਾ ਕਿ ਆਪਣੀ ਫੋਟੋ ਲਾ ਕੇ ਆਪਣੇ ਆਪ ਨੂੰ ਬਹੁਤ ਵੱਡਾ ਸਮਝਦਾ। ਆਹ ਗੁਰੂ ਘਰ ਹੈ, ਇੱਥੇ ਜਿਹੜਾ ਆਪਣਾ ਇੰਨਾ ਹੰਕਾਰ ਕਰਦਾ ਨਾ, ਪਰਮਾਤਮਾ ਹੀ ਉਹਦਾ ਹੰਕਾਰ ਲਾਉਂਦਾ। ਅੱਜ ਤੁਸੀਂ ਦੇਖਿਆ ਹੈਰੀਟੇਜ ਸਟਰੀਟ 'ਤੇ ਕਿਵੇਂ ਲਾਈਟਾਂ ਬੰਦ ਹੈ, ਕਿੰਨਾ ਕੂੜਾ ਪਿਆ। ਆਹੀ ਕਾਰਨ ਅਸੀਂ ਪੰਜਾਬ ਬਚਾਉਣਾ ਚਾਹੁੰਦੇ, ਆਹੀ ਕਰਤੂਤਾਂ ਕਰਕੇ, ਕਿਉਂਕਿ ਆਹ ਜਿਹੜੇ ਆਏ ਹੈ ਅੰਗਰੇਜ਼ਾਂ ਅਤੇ ਮੁਗਲਾਂ ਵਾਂਗੂ ਲੁੱਟਣ ਆਏ ਹੈ, ਪੰਜਾਬ ਦਾ ਖਜ਼ਾਨਾ ਲੁੱਟ ਕੇ ਆਹ ਕੇਜਰੀਵਾਲ ਨੂੰ ਹਿੰਦੁਸਤਾਨ 'ਚ ਮਸ਼ਹੂਰ ਕਰਨਾ ਚਾਹੁੰਦੇ, ਆਪਣੀ ਪਾਰਟੀ ਨੂੰ ਮਸ਼ਹੂਰ ਕਰਨਾ ਚਾਹੁੰਦੇ ਆ। ਜਿੱਥੇ ਦੇਖੋ, ਜਿਹੜੇ ਮੋੜ 'ਤੇ ਦੇਖੋ, ਜਿੱਥੇ ਜਾਵੋ, ਉਹਨੇ ਆਪਣੀਆਂ ਫੋਟੋਆਂ ਇਸ਼ਤਿਹਾਰ ਲਾਏ ਹੈ। ਦੂਜੇ ਸੂਬਿਆਂ ਜਾ ਕੇ ਵੀ ਘੱਟ ਤੋਂ ਘੱਟ ਉਹਨੂੰ ਇੰਨੀ ਸ਼ਰਮ ਆਉਣੀ ਚਾਹੀਦੀ ਹੈ। ਦਰਬਾਰ ਸਾਹਿਬ ਸਾਹਮਣੇ ਜਿਹੜੀਆਂ ਸਕਰੀਨਸ ਲਾਈਆਂ ਸੀ ਅਸੀਂ ਕੀਰਤਨ ਸੁਣਨ ਵਾਸਤੇ, ਉੱਥੇ ਤਾਂ ਆਪਣੇ ਤਿੰਨ ਜਗ੍ਹਾ 'ਤੇ ਵੀ ਆਪਣੀ ਸ਼ਕਲ ਨਹੀਂ ਹਟਾ ਸਕਦਾ। ਇਹਨੂੰ ਸ਼ਰਮ ਆਉਣੀ ਚਾਹੀਦੀ ਹੈ। ਚੌਥੀ ਨਵੀਂ ਲਾ ਇਹ ਜੋ ਮੈਂ ਕਹਿੰਦਾ, ਇਹ ਜੀ ਘਟੀਆ ਰਾਜਨੀਤੀ ਜਿਹੜਾ ਕਰ ਰਿਹਾ, ਜੈ ਜੀਆਂ ਕਰਤੂਤਾਂ ਕਰ ਰਿਹਾ, ਪੰਜਾਬ ਦੀ ਜਨਤਾ ਨਹੀਂ ਬਖਸ਼ਦੀ। ਜੇ ਪੰਜਾਬ ਦੀ ਜਨਤਾ ਪਿਆਰ ਵੀ ਦੇ ਸਕਦੀ ਹੈ ਅਤੇ ਹੰਕਾਰੀਆਂ ਦਾ ਹੰਕਾਰ ਵੀ ਲਾ ਸਕਦੀ ਹੈ।